ਲਿਸਟ ਆਫ ਹੈਡਿੰਗ ਜਾਂ ਮੈਚ ਹੈਡਿੰਗ ਸੋਲਵ ਕਰਨ ਲੱਗੇ ਆ ਇਸ ਰੀਡਿੰਗ ਦੇ ਵਿੱਚ ਦਿਮਾਗ 'ਚ ਹੀ ਕੁਐਸਚਨ ਬੜੀ ਵਾਰੀ ਆਉਂਦਾ ਸਰ ਪਹਿਲਾ ਪੈਰਾਗ੍ਰਾਫ ਪੜਨਾ ਚਾਹੀਦਾ ਆ ਕਿ ਪਹਿਲਾ ਹੈਡਿੰਗਸ ਪੜਨੇ ਚਾਹੀਦੇ ਆ ਤੁਹਾਡੇ ਦਿਮਾਗ ਦੇ ਵਿੱਚ ਨਾ ਇਹ ਚੀਜ਼ ਦੀ ਕਨਫਿਊਜ਼ਨ ਹੀ ਤੁਹਾਨੂੰ ਇਸ ਕੁਐਸਚਨ ਟਾਈਪ ਨੂੰ ਸੋਲਵ ਨਹੀਂ ਕਰ ਦਿੰਦੀ ਸੋ ਇਹ ਕੁਐਸਚਨ ਟਾਈਪ ਕਿਵੇਂ ਸੋਲਵ ਕਰਨੀ ਆ ਹੈਡਿੰਗਸ ਪਹਿਲਾਂ ਪੜਨੇ ਚਾਹੀਦੇ ਆ ਜਾਂ ਪਹਿਲਾਂ ਸਾਨੂੰ ਪੈਰਾਗ੍ਰਾਫ ਪੜਨਾ ਚਾਹੀਦਾ ਹੈ ਸਾਰੀਆਂ ਚੀਜ਼ਾਂ ਦੀ ਕਲੈਰਿਟੀ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਮਿਲੂਗੀ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਵੇਖਿਓ ਕਈ ਸੈਂਟਰਾਂ ਵਾਲੇ ਜਾਂ ਕਈ ਟੀਚਰਸ ਇਹ ਕਹਿ ਦਿੰਦੇ ਆ ਪੈਰਾਗ੍ਰਾਫ ਦੀਆਂ ਪਹਿਲੀਆਂ ਦੋ ਲਾਈਨਾਂ ਪੜ੍ਹ ਲਓ ਦੋ ਲਾਸਟ ਵਾਲੀਆਂ ਪੜ੍ਹ ਲਓ ਤੇ ਫਿਰ ਤੁਹਾਨੂੰ ਆਨਸਰ ਮਿਲ ਜਾਊਗਾ ਬਿਲਕੁਲ ਗਲਤ ਕਨਸੈਪਟ ਐ ਇਸ ਤਰ੍ਹਾਂ ਤੁਸੀਂ ਲਿਸਟ ਆਫ ਹੈਡਿੰਗ ਕਦੀ ਸੋਲਵ ਨਹੀਂ ਕਰਨੇ ਨਹੀਂ ਤੇ ਫਿਰ ਆਪਣੇ ਆਨਸਰ ਚੈੱਕ ਕਰਨ ਲੱਗਿਆ ਤੁਹਾਡਾ ਮੂੰਹ ਇਸ ਤਰ੍ਹਾਂ ਦਾ ਬਣ ਜਾਣਾ ਜਿਵੇਂ ਦਾ ਮੇਰਾ ਬਣਿਆ ਇੱਥੇ ਸਕਰੀਨ ਦੇ ਉੱਤੇ ਸੋ ਮੇਰਾ ਇਹ ਕੰਮ ਹੁੰਦਾ ਆ ਤੁਹਾਨੂੰ ਸਹੀ ਨੌਲੇਜ ਪ੍ਰੋਵਾਈਡ ਕਰਨਾ ਸਹੀ ਨੌਲੇਜ ਕਿਵੇਂ ਪ੍ਰੋਵਾਈਡ ਹੁੰਦੀ ਪਈ ਐ ਲਾਸਟ ਵੀਡੀਓ ਮੈਂ ਟਰੂ ਫਾਲਸ ਨਾਟ 기ਵਨ ਤੇ ਬਣਾਈ ਪਤਾ ਨਹੀਂ ਤੁਸੀਂ ਵੇਖੀ ਕਿ ਨਹੀਂ ਵੇਖੀ ਜੇ ਨਹੀਂ ਵੇਖੀ ਤੇ ਇਹ ਵੀਡੀਓ ਵੇਖਣ ਤੋਂ ਬਾਅਦ ਜ਼ਰੂਰ ਵੇਖਿਓ ਕਿਉਂਕਿ ਕਿਉਂਕਿ ਤੁਹਾਨੂੰ ਪਤਾ ਮੈਂ ਹਰੇਕ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਹੋਮਵਰਕ ਦਿੰਨਾ ਆ ਤਿੰਨ ਟ्रू ਫਾਲਸ ਨਾਟ ギਵਨ ਮੈਂ ਸੋਲਵ ਕਰਾਈ ਹੀ ਇੱਕ ਮੈਂ ਤੁਹਾਨੂੰ ਕੁਐਸਚਨ ਦਿੱਤਾ ਸੀ ਕਿ ਆਪਣੇ ਆਪ ਸੋਲਵ ਕਰਕੇ ਮੈਨੂੰ ਆਨਸਰ ਦੱਸਿਓ ਜਿੰਨਾ ਬੱਚਿਆਂ ਨੇ ਕਮੈਂਟ ਕਰਕੇ ਆਨਸਰ ਦੱਸਿਆ ਸਾਰਿਆਂ ਦੇ ਆਨਸਰ ਜਿਹੜੇ ਕਰੈਕਟ ਆ ਉਹਦਾ ਆਨਸਰ ਸੀਗਾ ਫਾਲਸ ਸੋ ਇਸੇ ਤਰ੍ਹਾਂ ਅੱਜ ਵੀ ਮੈਂ ਤੁਹਾਨੂੰ ਹੋਮਵਰਕ ਦਊਂਗਾ ਸੋ ਜੇਕਰ ਤੁਸੀਂ ਪਹਿਲੀ ਵਾਰੀ ਆਇਲਸ ਜਰਨੀ ਫਰਸਿਕ ਯੂਟਿਊਬ ਚੈਨਲ ਤੇ ਆਇਓ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਜ਼ਰੂਰ ਕਰਿਓ ਇਸ ਤਰ੍ਹਾਂ ਦੀਆਂ ਨੌਲੇਜ ਵਾਲੀਆਂ ਵੀਡੀਓਜ਼ ਦੂਸਰੇ ਬੱਚਿਆਂ ਤੱਕ ਵੀ ਪਹੁੰਚ ਸਕਣ ਤੇ ਉਹ ਇਸ ਚੀਜ਼ ਦਾ ਲਾਭ ਲੈ ਸਕਣ। ਸੋ ਜ਼ਿਆਦਾ ਟਾਈਮ ਵੇਸ ਨਹੀਂ ਕਰਦੇ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਆ। ਸੋ ਪਲੀਜ਼ ਸਬਸਕ੍ਰਾਈਬ ਆਇਲਜ਼ ਜਰਨੀ 46 YouTube ਚੈਨਲ। ਸੋ ਸਭ ਤੋਂ ਪਹਿਲਾਂ ਤੁਹਾਡੀ ਇਹ ਟੈਨਸ਼ਨ ਖਤਮ ਕਰਦੇ ਆ ਕਿ ਸਰ ਪਹਿਲਾਂ ਪੈਰਾਗ੍ਰਾਫ ਪੜ੍ਹਨਾ ਚਾਹੀਦਾ ਕਿ ਮੈਚ ਦਾ ਹੈਡਿੰਗ ਪਹਿਲਾਂ ਪੜ੍ਹਨੇ ਚਾਹੀਦੇ ਆ। ਮੇਰੀ ਸਲਾਹ ਲਓ ਸਭ ਤੋਂ ਬੈਸਟ ਆਪਸ਼ਨ ਹੈ ਪਹਿਲਾਂ ਪੈਰਾਗ੍ਰਾਫ ਪੜ੍ਹੋ। ਕਿਉਂਕਿ ਇੱਕ ਵਾਰੀ ਜੇ ਉੱਚ ਤੁਹਾਨੂੰ ਕੋਈ ਵਰਡ ਇਹੋ ਜਿਹਾ ਮਿਲ ਗਿਆ ਜੇ ਤੇ ਮੰਨ ਲਓ ਸਾਰਾ ਪੈਸੇਜ ਹੈਗਾ ਉਹ ਤੁਹਾਨੂੰ ਸਾਰੇ ਆਨਸਰ ਆਣ ਲੱਗਣੇ ਸੇਮ ਜਿਹੀ ਆ ਤੂੰ ਇਹ ਕਨਫਿਊਜ਼ ਹੋਣਾ ਆ ਤੇ ਇਹੋ ਚੀਜ਼ ਅੱਜ ਮੈਂ ਤੁਹਾਡੀ ਸੋਲਵ ਕਰਾਉਣੀ ਸੋ ਇਹ ਰਿਹਾ ਜੀ ਤੁਹਾਡੇ ਸਾਹਮਣੇ ਪੈਰਾਗ੍ਰਾਫ ਤੂੰ ਜਿਵੇਂ ਮੰਨ ਲਓ ਮੈਂ ਤੁਹਾਨੂੰ ਹੋਮਵਰਕ ਲਈ ਦਊਂਗਾ ਇਹ ਮੈਂ ਤੁਹਾਨੂੰ ਆਪ ਸੋਲਵ ਕਰਾਉਂਗਾ ਬਟ ਹੋਮਵਰਕ ਲਈ ਜਿਹੜੇ ਮੈਂ ਤੁਹਾਨੂੰ ਦਊਂਗਾ ਸੈਕਸ਼ਨ ਜਾਂ ਪੈਸੇਜ ਦਊਂਗਾ ਉਹ ਤੁਸੀਂ ਆਪ ਸੋਲਵ ਕਰਕੇ ਉਹ ਅਨਸਰ ਮੈਨੂੰ ਕਮੈਂਟਸ 'ਚ ਦੱਸਨੇ ਲਿਖਣਾ ਕੀ ਹੈ ਤੁਸੀਂ ਸਕਰੀਨ ਤੇ ਜਾ ਕੇ ਟੈਕਸਟਿੰਗ ਦਾ ਟੀਵੀ ਤੁਹਾਨੂੰ ਏ ਬੀ ਸੀ ਡੀ ਈ ਐਫ ਬਟਨ ਨੂੰ ਸੋਲਵ ਕਰਨ ਦਾ ਤਰੀਕਾ ਕੀ ਉਹ ਮੈਂ ਤੁਹਾਨੂੰ ਹੁਣ ਦੱਸਣ ਲੱਗਾ ਹਾਂ ਇੱਕ ਚੀਜ਼ ਧਿਆਨ ਚ ਰੱਖ ਲਓ ਜਿਹੜੇ ਬੱਚੇ ਦਿਮਾਗ ਚ ਰੱਖਦੇ ਮੈਂ ਲਾਈਨ ਤੋਂ ਲਾਈਨ ਸਮਝਾਂ ਉਹਨਾਂ ਦਾ ਆਨਸਰ ਬਿਲਕੁਲ ਵੀ ਕਰੈਕਟ ਨਹੀਂ ਜੀ ਹੁੰਦਾ ਇਸ ਕਰਕੇ ਇਹਨੂੰ ਸੋਲਵ ਕਰਨ ਦਾ ਤਰੀਕਾ ਕੀ ਆਓ ਆਪਾਂ ਪੜ੍ਹਦੇ ਆਂ ਇਹਦਾ ਮੇਨ ਕੀ ਪੁਆਇੰਟ ਲੱਭਣਾ ਆਪਾਂ ਕਿ ਇਹਦੇ ਵਿੱਚ ਗੱਲ ਓਵਰਆਲ ਕੀ ਕੀਤੀ ਕਹਦੀ ਆ ਵੇਖੋ ਪੜ੍ਹਦੇ ਆਂ देयर ਵਾਸ ਅ ਟਾਈਮ ਕਹਿੰਦੇ ਟਾਈਮ ਹੁੰਦਾ ਹੈ ਵੈਨ ਐਨੀ ਕਹਿੰਦੇ ਜਦੋਂ ਕੋਈ ਵੀ 셀ਫ ਰਿਸਪੈਕਟਿੰਗ ਟੈਲੀਵਿਜ਼ਨ ਸ਼ੋਅ ਮਤਲਬ ਜਿਹੜੀ ਆਪਣੀ ਆਪ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਸੀਗਾ ਜਾਂ ਉਹਦੀ ਰਿਸ ਕਹਿੰਦੇ ਪਾਰਟੀਕুলਰਲੀ 1 Aim ਦਾ ਕਹਿੰਦੇ ਉਹਨਾਂ ਦਾ ਇੱਕੋ ਇੱਕ Aim ਸੀਗਾ ਕਿ ਯੰਗ ਆਡੀਅנס ਨੂੰ ਜਿਹੜਾ ਉਹ ਟਾਰਗੇਟ ਕਰਨਾ ਹੈ ਟੂ ਹੈਵ ਐਨ ਈਮੇਲ ਐਡਰੈਸ ਤੇ ਉਹਨਾਂ ਦਾ ਈਮੇਲ ਐਡਰੈਸ ਵੀ ਹੋਣਾ ਬਟ ਜਦੋਂ ਬਟ ਆ ਗਿਆ ਸਮਝੋ ਸੈਂਸ ਚੇਂਜ ਕਰਦੇ ਪਏ ਆ ਕਹਿੰਦੇ ਬਟ ਔਨ ਯੂਰਪਸ ਟੀਵੀ ਸਕਰੀਨ ਸੱਚ ਐਡ्रेसेस ਆਰ ਇਨਕਰੀਸਿੰਗਲੀ ਬੀਇੰਗ ਪੁਸ਼ਡ ਅਸਾਈਡ ਇਨ ਦਾ ਫੇਵਰ ਆਫ ਟੈਲੀਫੋਨ ਨੰਬਰ ਕਹਿੰਦੇ ਬਟ ਜਿਹੜਾ ਯੂਰਪ ਦੇ ਵਿੱਚ ਜਿਹੜੇ ਟੀਵੀ ਸਕਰੀਨ ਸੀਗਾ ਉਹ ਇਹਨਾਂ ਐਡਰੈਸਸ ਨੂੰ ਜਿਹੜਾ ਇਨਕਰੀਜ਼ ਇਨਕਰੀਜ਼ਿੰਗਲੀ ਮਤਲਬ ਵੱਧ ਦੇ ਬੜੀ ਵੱਡੀ ਤਦਾਦ ਸੀਗੀ ਕਿ ਇਹਨਾਂ ਨੂੰ ਪੁਸ਼ਡ ਮਤਲਬ ਕਿ ਧੱਕੇ ਦੇ ਨਾਲ ਜਿਹੜਾ ਉਹ ਫੇਵਰ ਚ ਕੀਤਾ ਜਾ ਰਿਹਾ ਟੈਲੀਫੋਨ ਨੰਬਰਸ ਦੇ ਨਾਲ ਈਮੇਲ ਐਡਰੈਸ ਨੂੰ ਧੱਕੇ ਦੇ ਨਾਲ ਕਹਿੰਦੇ ਕਿ ਟੈਲੀਫੋਨ ਨੰਬਰਸ ਦੇ ਵੱਧ ਫੇਵਰ ਦੇ ਵਿੱਚ ਕੀਤਾ ਜਾ ਰਿਹਾ ਸੀਗਾ ਟੂ ਵਿਚ ਵਿਊਅਰਸ ਕੈਨ ਸੈਂਡ ਟੈਕਸਟ ਮੈਸੇजेस ਫਰਮ देयर ਮੋਬਾਈਲ ਫੋਨ ਜਿਹਦੇ ਨਾਲ ਲੋਕੀ ਕਰ ਸਕਦੇ ਸੀਗੇ ਜਿਹੜੇ ਦੇਖਣ ਵਾਲੇ ਸੀਗੇ ਉਹ ਮੈਸੇਜ ਸੈਂਡ ਕਰ ਸਕਦੇ ਸੀਗੇ from their mobile phones to and no wonder ਇਹਦਾ ਮਤਲਬ ਕਹਿੰਦੇ ਕਿ ਇਹ ਕੋਈ ਵੱਡੀ ਗੱਲ ਨਹੀਂ ਆ ਹੈਰਾਨੀਜਨਕ ਗੱਲ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਅਕੋਰਡਿੰਗ ਟੂ ਰਿਸਰਚ ਅਬਾਊਟ ਦ ਪਬਲਿਸ਼ਡ ਬਾਈ ਗਾਰਟਨਰ ਅ ਕੰਸਲਟੈਂਸੀ ਮਤਲਬ ਜਿਹੜਾ ਇੱਕ ਸਲਾਹਕਾਰ ਸੀਗਾ ਕਹਿੰਦੇ ਟੈਕਸਟ ਮੈਸੇਜਿੰਗ ਹੈਜ਼ ਰੀਸੈਂਟਲੀ ਓਵਰਟੇਕਨ ਇੰਟਰਨੈਟ ਯੂਜ਼ ਇਨ ਯੂਰਪ ਹੁਣ ਇੱਥੇ ਵੇਖੋ ਧਿਆਨ ਨਾਲ ਪੜ੍ਹਨ ਵਾਲੀ ਗੱਲ ਆ ਕਿ ਜਿਹੜੀ ਉੱਪਰ ਆਪਾਂ ਟੈਕਸਟ ਮੈਸੇਜ ਦੀ ਗੱਲ ਪੜ੍ਹੀ ਆ ਟੀਵੀ ਸ਼ੋਜ਼ ਦੀ ਗੱਲ ਪੜ੍ਹੀ ਆ ਬਟ ਕਹਿੰਦੇ ਕਿ ਇੱਕ ਸਲਾਹਕਾਰ ਦੇ ਅਨੁਸਾਰ ਜਿਹੜਾ ਟੈਕਸਟ ਮੈਸੇ ਉਨੇ ਇੰਟਰਨੈਟ ਨੂੰ ਪਿਛਾੜ ਕੇ ਰੱਖ ਦਿੱਤਾ ਸੀ ਮਤਲਬ ਟੈਕਸਟ ਮੈਸੇजेस ਸੀ ਕਿ ਜਿਹੜੇ ਉਹਨਾਂ ਦੀ ਤਦਾਦ ਵੱਧ ਰਹੀ ਸੀ ਓਵਰਟੇਕਨ ਮਤਲਬ ਹੁੰਦਾ ਉਸ ਚੀਜ਼ ਤੇ ਕਬਜ਼ਾ ਕਰ ਲੈਣਾ ਉਸ ਨੂੰ ਪਿਛਾੜ ਦੇਣਾ ਵਨ ਆਫ ਦਾ ਫਾਸਟੈਸਟ ਗਰੋਇੰਗ ਯੂਸਸ ਆਫ ਟੈਕਸਟ ਮੈਸੇਜਿੰਗ ਹੁਣ ਵੇਖੋ ਸਾਰੇ ਪੈਰਾਗ੍ਰਾਫ ਦੇ ਵਿੱਚ ਇੰਟਰਨੈਟ ਨੂੰ ਪਿੱਛੇ ਕਰਕੇ ਸਿਰਫ ਟੈਕਸਟ ਮੈਸੇਜਿੰਗ ਦੀ ਗੱਲ ਹੁੰਦੀ ਪਈ ਆ ਉਹਦੇ ਵਧਣ ਦੀ ਗੱਲ ਹੋ ਰਹੀ ਆ ਉਹਦੀ ਮਤਲਬ ਜਿਹੜਾ ਉਹਦਾ ਟਰੈਪ ਜਿਹੜਾ ਉਹਦਾ ਜਾਲ ਆ ਜਾਂ ਜਿਹੜੀ ਚੀਜ਼ ਉਹ ਸਪਰੈਡ ਹੋ ਰਹੀ ਆ ਆਪਾਂ ਇਹੋ ਪੜਿਆ ਨੇ ਇਹਦੇ ਚ ਹੁਣ ਅੱਗੇ ਵੇਖੋ ਨੇ ਇੱਕ ਐਗਜ਼ਾਮਪਲ ਵੀ ਦਿੱਤੀ ਆ ਗਾਰਟਨਰ ਫਿਗਰਸ ਮਤਲਬ ਉਹਨੇ ਇੱਕ ਸਰਵੇ ਕੀਤਾ ਹੋਊਗਾ ਜਿਹਦੇ ਵਿੱਚ ਇਹ ਵੇਖਿਆ ਗਿਆ ਕਿ 20% ਟੀਨੇਜਰਸ ਇਨ ਫਰਾਂਸ 11% ਇਨ ਬ੍ਰਿਟੇਨ ਐਂਡ 9% ਜਰਮਨੀ ਹੈਵ ਸੈਂਟ ਮੈਸੇਜ ਇਨ ਰਿਸਪੌਂਸ ਟੂ ਟੀਵੀ ਸ਼ੋਜ਼ ਕਿ ਲੋਕਾਂ ਨੇ ਉਹਦਾ ਜ਼ਿਆਦਾ ਯੂਜ਼ ਕੀਤਾ ਮੈਸੇਜਸ ਦਾ ਰਿਸਪੌਂਸ ਟੂ ਟੀਵੀ ਸ਼ੋਜ਼ ਦੇ ਰਿਗਾਰਡਿੰਗ ਹੁਣ ਵੇਖੋ ਇਹਦੇ ਵਿੱਚ ਮੈਂ ਵਧਣ ਦੀ ਗੱਲ ਕੀਤੀ ਆ ਆਪਾਂ ਨੂੰ ਇਨਕਰੀਜ਼ ਟੈਕਸਟਿੰਗ ਦੇ ਬਾਰੇ ਪੜਿਆ ਆਪਾਂ ਸੋ ਇਹ ਆਪਣੇ ਦਿਮਾਗ 'ਚ ਚੀਜ਼ ਹੋਣੀ ਚਾਹੀਦੀ ਆ ਹੁਣ ਆਪਾਂ ਮੈਚ ਡੈਟਿੰਗ ਵੱਲ ਜਾਂਦੇ ਆਂ ਤੇ ਦੇਖਦੇ ਆ ਇੱਕ ਇੱਕ ਆਪਸ਼ਨ ਨੂੰ ਆਪਾਂ ਇਲੀਮੀਨੇਟ ਕਰਾਂਗੇ ਤੇ ਆਪਾਂ ਨੂੰ ਆਪਣਾ ਆਨਸਰ ਬੜੇ ਵਧੀਆ ਤਰੀਕੇ ਨਾਲ ਮਿਲ ਜਾਊਗਾ ਮੰਨ ਲਓ ਹੁਣ ਜਿਵੇਂ ਇੱਥੇ ਫਸਿਆ ਰਹਾ ਕਿ ਮੈਨੂੰ ਆ ਵਾਰਡ ਨਹੀਂ ਲੱਭਾ ਜੀ ਇਹਦਾ ਮਤਲਬ ਕੀ ਹੁੰਦਾ ਵਾ ਮਤਲਬ ਆ ਬੀਇੰਗ ਪੁਸ਼ਡ ਦਾ ਮਤਲਬ ਕੀ ਇਨ ਦਾ ਸਾਈਡ ਦਾ ਮਤਲਬ ਕੀ ਇਨ ਦਾ ਫਿਰ ਆਪਣਾ ਆਨਸਰ ਨਹੀਂ ਲੱਭਣਾ ਸੋ ਆਓ ਆਪਾਂ ਆਨਸਰ ਦੇਖਦੇ ਕੀ ਹੈ ਇਹਦੇ ਚ ਆਪਾਂ ਨੂੰ ਪੜਿਆ ਕੀ ਓਵਰਆਲ ਇਨਕਰੀਜ਼ਿੰਗ ਫਾਸਟ ਗਰੋਇੰਗ ਇਹਨਾਂ ਚੀਜ਼ਾਂ ਬਾਰੇ ਪੜਿਆ ਕਿਹਦੇ ਬਾਰੇ ਟੈਕਸਟਿੰਗ ਬਾਰੇ ਤੇ ਕਿਹਦੇ ਨਾਲ ਰਿਲੇਟ ਕੀਤਾ ਉਹਨੂੰ ਇੰਟਰਨੈਟ ਦੇ ਨਾਲ ਆਓ ਦੇਖਦੇ ਹੁਣ ਆ ਤੁਹਾਡੇ ਸਾਹਮਣੇ ਇਜਾਪਾ 1 ਬਾਈ 1 ਪੜਦੇ ਆ ਤਾਂ ਜਦੋਂ ਵੀ ਆਪਾਂ ਨੂੰ ਕੋਈ ਚੀਜ਼ ਲੱਭ ਗਈ ਜਿਹੜੀ ਆਪਾਂ ਪੜੀ ਸੀਗੀ ਜਿਵੇਂ ਗਰੋਇੰਗ ਇਨਕਰੀਜ਼ ਤੇ ਉਹ ਆਪਣਾ ਆਨਸਰ ਹੋਊਗਾ ਪਹਿਲੀ ਆਪਸ਼ਨ ਕੀ ਆ ਐਨ ਐਗਜ਼ਿਸਟਿਡ ਕ੍ਰਿਟੀਕਲ ਸਿਸਟਮ ਇਨਟੂ ਆਪਰੇਟਿੰਗ ਇਨ ਆ ਨਿਊ ਵੇ ਕੋਈ ਵੀ ਐਗਜ਼ਿਸਟਿਡ ਕ੍ਰਿਟੀਕਲ ਸਿਸਟਮ ਬਾਰੇ ਗੱਲ ਕੀਤੀ ਇਹਨਾਂ ਨੇ ਉਹਨੂੰ ਆਪਰੇਟ ਕਰਨ ਦੀ ਨਹੀਂ ਸੈਕੰਡ ਕੀ ਆ ਓਵਰਵਿਊ ਆਫ ਆ ਫਾਸਟ ਗਰੋਇੰਗ ਬਿਜ਼ਨਸ ਹਾਂ ਮੈਂ ਇਨਕਰੀਜ਼ ਬਾਰੇ ਪੜਿਆ ਵਾ ਉਹਦੇ ਵਧਣ ਬਾਰੇ ਗੱਲ ਜਿਹੜੀ ਉਹ ਪੜੀ ਆ ਬਿਜ਼ਨਸ ਅਪਾ ਪੜ੍ਹ ਸਕਦੇ ਨਾ ਉਥੇ ਕਿਵੇਂ ਰਿਲੇਟ ਕੀਤਾ ਉਹਨਾਂ ਨੇ ਹੁਣ ਅੱਧੇ ਬੱਚੇ ਕਹਿੰਦੇ ਸਰ ਬਿਜ਼ਨਸ ਦੀ ਉਥੇ ਕੋਈ ਗੱਲ ਹੀ ਨਹੀਂ ਹੋਈ ਤੁਸੀਂ ਧਿਆਨ ਨਾਲ ਵੇਖੋ ਉਹਨਾਂ ਨੇ ਕਿਹਾ ਕਿ ਕਈ ਟੀਵੀ ਸ਼ੋਜ਼ ਜਿਹੜੇ ਆ ਉਹਨਾਂ ਦਾ ਏਮ ਸੀਗਾ ਜਿਹੜਾ ਈਮੇਲ ਐਡਰੈਸ ਦਾ ਹੋਣਾ ਤੇ ਅੱਗੋਂ ਫੇਰ ਇਹ ਬਿਜ਼ਨਸ ਹੀ ਬਣ ਗਿਆ ਕਿ ਜਿਹੜਾ ਟੈਕਸਟ ਮੈਸੇਜਿੰਗ ਨੇ ਜਿਹਨੂੰ ਆ ਇੰਟਰਨੈਟ ਨੂੰ ਪਛਾੜ ਕੇ ਰੱਖ ਦਿੱਤਾ ਮਤਲਬ ਕੋਈ ਚੀਜ਼ ਵੱਧ ਰਹੀ ਆ ਸੋ ਇਹ ਆਪਣਾ ਆਨਸਰ ਜਿਹੜਾ ਹੋ ਸਕਦਾ ਬਟ ਇਹਨੂੰ ਆਪਾਂ ਆਪਸ਼ਨ ਦੀ ਸਾਈਡ ਤੇ ਰੱਖ ਲੈਣੀ ਆ ਕਿਉਂਕਿ ਬੱਚੇ ਕਹਿੰਦੇ ਨੇ ਸਰ ਨਹੀਂ ਇਹਦਾ ਆਨਸਰ ਨਾ ਆ ਵੀ ਲੱਗਦਾ ਆ ਉਹਨਾਂ ਤੋਂ ਮੈਂ ਦੱਸ ਦਿੰਦਾ ਨਾ ਆਨਸਰ ਕਰੈਕਟ ਜਿਹੜਾ ਉਹ ਸੈਕਿੰਡ ਆ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਇਹਦਾ ਆਨਸਰ ਕਰੈਕਟ ਜਿਹੜਾ ਉਹ ਇਹੋ ਹੀ ਆ ਸੈਕਿੰਡ ਜੇ ਕੋਈ ਅੱਗੇ ਲੱਗਦਾ ਹੋਊਗਾ ਤੇ ਉੱਤੇ ਆਪਾਂ ਥੋੜੀ ਵਿਚਾਰ ਕਰ ਸਕਦੇ ਆ 3rd ਪੜੋ प्रॉफिटेबल ਗੇਮਸ ਆਰ ਗੇਨਿੰਗ ਮੋਰ ਕਨਸਰਨਸ ਆਪਾਂ ਕਿਤੇ ਵੀ ਗੇਮਿੰਗ ਦੇ ਬਾਰੇ ਪੜਿਆ ਨਹੀਂ ਪੜਿਆ ਆਪਣਾ ਇਹ ਵੀ ਆਨਸਰ ਨਹੀਂ ਹੈਗਾ 3rd ਆ ਦਾ ਨੀਦਰਲੈਂਡਸ ਟੇਕਸ ਦਾ ਲੀਡਿੰਗ ਰੋਲ ਕਿਤੇ ਕੋਈ ਇੱਕ ਪਾਰਟਿਕੂਲਰ ਦੇਸ਼ ਬਾਰੇ ਪੜਿਆ ਆਪਾਂ ਨਹੀਂ ਪੜਿਆ a new perspective towards sharing the business opportunity business share karan di gall kithe nahi hoyi koi new perspective towards sharing sharing di gall kithe nahi padi aapan hun atte bachche karan ge sir e bhi te fir business aa hi gaya nahi unna ne overview di gall kiti othe vadan di gall kiti dhyan de naal padho othe vich kinni wari word ditta increasing thika growing taken over so e sariyan cheezan nu dimag de vich aapan rakhna hai 6th ya opportunities for all round prevalent ਐਪਲੀਕੇਸ਼ਨਸ ਇਹ ਵੀ ਆਨਸਰ ਨਹੀਂ ਆ ਗਿਆ ਕਿਤੇ ਐਪਲੀਕੇਸ਼ਨਸ ਦੀ ਗੱਲ ਨਹੀਂ ਪੜੀ ਰੈਵਨਿਊ ਗੇਨਸ ਐਂਡ ਬੋਨਸ ਸ਼ੇਅਰ ਫੇਰ ਉਹ ਗੱਲ ਆ ਗਈ ਆਪਾਂ ਕਿਤੇ ਵੀ ਇਹ ਚੀਜ਼ਾਂ ਨਹੀਂ ਪੜੀਆਂ ਸੋ ਇੱਕੋ ਇੱਕ ਸੋ ਇੱਕੋ ਇੱਕ ਆਪਸ਼ਨ ਆਪਾਂ ਕੋ ਮਿਲਦੀ ਪਈ ਆ ਫਾਸਟ ਗਰੋਇੰਗ ਬਿਜ਼ਨਸ ਦੀ ਉਹ ਆ ਸੈਕਿੰਡ ਸੋ ਦੈਟਸ ਵਾਈ ਯੂਅਰ ਕਰੈਕਟ ਆਨਸਰ ਇਜ਼ ਸੈਕਿੰਡ ਏ ਦਾ ਆਨਸਰ ਕੀ ਹੋਊਗਾ ਸੈਕਿੰਡ ਆਓ ਆਪਾਂ ਹੁਣ ਬੀ ਪੜਦੇ ਹਾਂ ਹੁਣ ਦੇਖੋ ਸੈਕਿੰਡ ਪੈਸੇਜ ਆਪਣੇ ਕੋਲ ਆ ਇਹਦੇ ਵਿੱਚ ਕੀ ਦਿੱਤਾ ਆਪਾਂ ਫੇਰ ਉਹ ਚੀਜ਼ ਆ ਗਈ ਆਪਾਂ ਓਵਰਆਲ ਇਹਦਾ ਜਨਰਲ ਆਈਡੀਆ ਕੱਢਣਾ ਕਿ ਇਹਦੇ ਵਿੱਚ ਓਵਰਆਲ ਨਾਲ ਗੱਲ ਕੀ ਕੀਤੀ ਲਾਈਨ ਨੂੰ ਨਹੀਂ ਸਮਝਣਾ ਲੇਖਿਆ this has much to do with the boom in reality tv shows boom ਮਤਲਬ ਹੁੰਦਾ ਫੇਰ ਉਹ ਵਧਣ ਦੀ ਗੱਲ ਆ ਗਈ ਕੋਦਮ ਕਿਸੇ ਚੀਜ਼ ਦੇ ਵਿੱਚ ਆ ਵਾਦਾ ਹੋ ਜਾਣਾ ਠੀਕ ਹੈ ਹੁਣ ਰਿਐਲਿਟੀ ਟੀਵੀ ਸ਼ੋਜ਼ ਦੀ ਗੱਲ ਕਰਦੇ ਪਏ ਕਹਿੰਦੇ ਜਿਵੇਂ ਕਿ ਉਦਾਹਰਨ ਦੇ ਵਜੋਂ ਇੱਕ ਬਿਗ ਬ੍ਰਦਰ ਸ਼ੋਅ ਆ ਇਨ ਵਿੱਚ ਵਿਊਅਰਸ ਵੋਟਸ ਡਿਸਾਈਡ ਦਾ ਆਊਟਕਮ ਜਿਹਦੇ ਵਿੱਚ ਜਿਹੜੇ ਵਿਊਅਰਸ ਦੇਖਣ ਵਾਲੇ ਆ ਉਹਨਾਂ ਦੀ ਵੋਟ ਜਿਹੜੀ ਉਹ ਆਊਟਕਮ ਡਿਸਾਈਡ ਕਰਦੀ ਆ ਤੇ ਕਹਿੰਦੇ ਜ਼ਿਆਦਾਤਰ ਮੋਸਟ ਰਿਐਲਿਟੀ ਸ਼ੋਜ਼ ਨਾਓ ਅਲਾਉ ਟੈਕਸਟ ਮੈਸੇजेस ਵੋਟਿੰਗ ਕਿੰਦੇ ਜ਼ਿਆਦਾਤਰ ਅੱਜ ਦੀ ਡੇਟ 'ਚ ਜਿਹੜੇ ਰਿਐਲਿਟੀ ਸ਼ੋਜ਼ ਆ ਉਹ ਜ਼ਿਆਦਾਤਰ ਕਿਹਨੂੰ ਮਤਤ ਦੇ ਰਹੇ ਆ ਟੈਕਸਟ ਮੈਸੇਜਸ ਵੋਟਿੰਗ ਨੂੰ ਅੱਜ ਕੱਲ੍ਹ ਉਹ ਸਭ ਤੋਂ ਜ਼ਿਆਰੀ ਮਤਤ ਦੇ ਰਹੇ ਆ ਇਨ ਸਮ ਕੇਸਿਸ ਸਚ ਐਜ਼ ਦ ਮੋਸਟ ਰੀਸੈਂਟ ਸੀਰੀਜ਼ ਆਫ ਬਿਗ ਬ੍ਰਦਰ ਇਨ ਨਾਰਵੇ ਦਾ ਮੇਜੋਰਿਟੀ ਆਫ ਵੋਟਸ ਆਰ ਕਾਸਟ ਇਨ ਦਿਸ ਵੇ ਕਿੰਦੇ ਜ਼ਿਆਦਾਤਰ ਜਿੰਨੇ ਵੀ ਸ਼ੋਜ਼ ਚੱਲਦੇ ਪਏ ਆ ਉਹਨਾਂ ਦੇ ਵਿੱਚ ਵੋਟਸ ਜਿਹੜੀਆਂ ਉਹ ਕਾਸਟ ਕੀਤੀਆਂ ਜਾਂਦੀਆਂ ਵਾਂ ਮੰਗੀਆਂ ਜਾਂਦੀਆਂ ਵਾਂ ਟੈਕਸਟ ਮੈਸੇਜਸ ਦੇ ਥਰੂ ਮਤਲਬ ਕਿ ਉਹਦੀ ਜਿਹੜੀ ਇੰਪੋਰਟੈਂਸ ਹੈ ਉਹ ਕਿੰਨੀ ਵਾਧੀ ਪਈ ਆ ਬਟ ਫਿਰ ਬਟ ਆ ਗਿਆ ਦੇਖੋ ਜਿੱਥੇ ਬਟ ਆ ਗਿਆ ਉੱਥੇ ਸੈਂਸ ਚੇਂਜ ਹੋਣੀ ਆ ਅੱਗੇ ਕਿ ਲਿਖਿਆ ਥੇਰ ਇਜ਼ ਮੋਰ ਟੂ ਟੀਵੀ ਟੈਕਸਟਿੰਗ ਦੈਨ ਵੋਟਿੰਗ ਕਹਿੰਦੇ ਇਹ ਸਿਰਫ ਇੱਕ ਵੋਟਿੰਗ ਦਾ ਹੀ ਜਿਹੜਾ ਉਹ ਹਿੱਸਾ ਨਹੀਂ ਆ ਇਹ ਇਹਦੇ ਨਾਲੋਂ ਵੀ ਕੁਝ ਜ਼ਿਆਦਾ ਵਾ ਟੀਵੀ ਟੈਕਸਟਿੰਗ ਕੱਲਾ ਵੋਟਿੰਗ ਦਾ ਹੀ ਹਿੱਸਾ ਨਹੀਂ ਆ ਜਿਵੇਂ ਉੱਪਰ ਦੱਸਿਆ ਜਾਂਦਾ ਕਿ ਇਹਦੇ ਨਾਲੋਂ ਵੀ ਹੋਰ ਜ਼ਿਆਦਾ ਬਹੁਤ ਕੁਝ ਆ ਜਿਵੇਂ ਕਿ ਨਿਊਜ਼ ਸ਼ੋਜ਼ ਜਿਹੜੇ ਉਹ ਅੱਜਕੱਲ ਆਪਣੇ ਵਿਊਅਰਜ਼ ਨੂੰ ਇਨਕਰੇਜ ਕਰਦੇ ਕਿ ਉਹ ਸੈਂਡ ਜਿਹੜੇ ਆ ਉਹ ਕਮੈਂਟ ਕਰਨ ਠੀਕ ਆ ਆਪਣੇ ਕਮੈਂਟਸ ਜਿਹੜੇ ਉਹ ਇਹਦੇ ਥਰੂ ਸੈਂਡ ਕਰਨ ਟੈਕਸਟ ਮੈਸੇਜਿੰਗਸ ਦੇ ਥਰੂ ਸੈਕੰਡ ਹੈ ਗੇਮ ਸ਼ੋਜ਼ ਅਲਾوز ਈਅਰ ਟੂ ਕੰਪੀਟ ਤੇ ਜਿਹੜੇ ਗੇਮ ਸ਼ੋਜ਼ ਆ ਉਹ ਅਲਾਉ ਕਰਦੇ ਆ ਈਅਰਸ ਨੂੰ ਕੰਪੀਟ ਕਰਨ ਵਾਸਤੇ 뮤ਜ਼ਿਕ ਸ਼ੋਜ਼ ਟੇਕ ਰਿਕਵੈਸਟ ਬਾਈ ਟੈਕਸਟ ਮੈਸੇजेस ਹੁਣ 뮤ਜ਼ਿਕ ਸ਼ੋ ਜਿਹੜੇ ਆ ਉਹ ਰਿਕਵੈਸਟ ਕਰਦੇ ਆ ਕਿ ਟੈਕਸਟ ਮੈਸੇਜੇਸ ਦੇ ਥਰੂ ਜਿਹੜਾ ਉਹ ਸਾਰੀਆਂ ਚੀਜ਼ਾਂ ਭੇਜੀਆਂ ਜਾਣ ਬ੍ਰਾਡਕਾਸਟਰਸ ਆਪਰੇਟ ਔਨ ਸਕਰੀਨ ਚੈਟ ਰੂਮਸ ਹੁਣ ਵੇਖੋ ਗਿਫਟ ਫੈਸਿਲਿਟੀਆਂ ਦੀ ਗੱਲ ਕਰ ਰਿਹਾ ਕੋਈ ਨਿਊ ਨਵੀਆਂ ਚੀਜ਼ਾਂ ਦੀ ਗੱਲ ਕਰਦਾ ਪ ਜੀ ਬਾਬਾ ਕਹਿ ਸਕਦੇ ਕਿ ਦੀ ਐਪਲੀਕੇਸ਼ਨ ਹੋਣਾ ਸਮਥਿੰਗ ਕੋਈ ਇਸ ਤਰ੍ਹਾਂ ਦੀ ਚੀਜ਼ ਉਹ ਤਾਂ ਫੀਚਰਸ ਦੀ ਗੱਲ ਕਰਦਾ ਪਿਆ ਟੈਕਸਟ ਮੈਸੇजेस ਦੀ ਹੁਣੇ ਧਿਆਨ ਦੇ ਨਾਲ ਵੇਖਿਓ ਹੁਣ ਵੇਖਿਓ ਕਿ ਆਪਾਂ ਨੂੰ ਪੈਰਾਗ੍ਰਾਫ ਜਿਹੜਾ ਆਪਾਂ ਲਿਸਟ ਆਫ ਹੈਡਿੰਗ ਪੜਾਂਗੇ ਉਹਦੇ ਵਿੱਚ ਆਪਾਂ ਨੂੰ ਕੋਈ ਇਸ ਤਰ੍ਹਾਂ ਦੀ ਚੀਜ਼ ਲੱਭਦੀ ਪਈ ਹੈ ਕਿ ਇਹ ਦੀ ਕੋਈ ਅਗਲੀ ਫਾਰਮ ਜਾਂ ਇਹਦਾ ਕੋਈ ਨਵਾਂ ਰੂਪ ਟੈਕਸਟ ਮੈਸੇजेस ਦਾ ਹੁਣ ਅੱਗੇ ਆਪਾਂ ਦੇਖਦੇ ਹਾਂ ਇਹਦਾ ਆਨਸਰ ਕੀ ਆ ਸੋ ਲਿਸਟ ਆਫ ਹੈਡਿੰਗ ਤਾਂ ਦੇ ਸਾਹਮਣੇ ਆ ਪਹਿਲਾ ਆਪਾਂ ਪੜਿਆ ਸੀਗਾ ਕ੍ਰਿਟੀਕਲ ਸਿਸਟਮ ਆਪਰੇਟਿੰਗ ਇਨ ਨਿਊ ਵੇ ਨਹੀਂ ਹੈਗਾ ਬਿਲਕੁਲ ਵੀ ਸੈਕੰਡ ਨੂੰ ਤੇ ਬਿਲਕੁਲ ਇਲੀਮੀਨੇਟ ਕਰ ਦੇਣਾ ਕਿਉਂਕਿ ਆਪਾਂ ਆਨਸਰ ਆਪਾਂ ਨੂੰ ਲੱਭ ਗਿਆ। ਸੋ ਇਹ ਸਾਈਡ ਤੇ ਕਰਨ ਨੂੰ ਮੈਂ ਤਾਂ ਕਹਿ ਰਿਹਾ ਕਿਉਂਕਿ ਫਿਰ ਆਪਾਂ ਨੂੰ ਉਹ ਫਿਰ ਕਨਫਿਊਜ਼ ਹੋ ਜਾਣਾ ਆਪਾਂ ਜਿਹੜੇ ਲੱਭੀ ਜਾਂਦੇ ਨੂੰ ਕ੍ਰੋਸ ਕਰੀ ਜਾਓ। ਥਰਡ ਐ ਪ੍ਰੋਫਿਟੇਬਲ ਗੇਮਸ ਆਰ ਗੇਨਿੰਗ ਮੋਰ ਕਨਸਰਨਸ ਹੁਣ ਇੱਥੇ ਬੱਚੇ ਕਹਿੰਣਗੇ ਸਰ ਗੇਮਸ ਦੀ ਗੱਲ ਹੋਈ ਸੀਗੀ ਹੈਨਾ ਹੁਣ ਤੋਂ ਇਹ ਇੱਕ ਵਰਡ ਪੜਿਆ ਗੇਮਸ ਤੇ ਤੁਸੀਂ ਆਨਸਰ ਲਾ ਦੋਗੇ ਇਹ ਤੁਹਾਡੀ ਬੇਫਕੂਫੀ ਆ ਇੱਕ ਵਰਡ ਦੇ ਪਿੱਛੇ ਕਦੀ ਪ੍ਰੋਫਿਟੇਬਲ ਗੇਮਸ ਦੀ ਇਕੱਲੀ ਗੱਲ ਨਹੀਂ ਉੱਤੇ ਫਿਰ ਟੀਵੀ ਸ਼ੋਅਜ਼ ਦੀ ਵੀ ਗੱਲ ਹੋਈ ਸੀ ਉੱਤੇ ਫਿਰ ਬ੍ਰਾਡਕਾਸਟਰਸ ਦੀ ਵੀ ਗੱਲ ਹੋਈ ਚੈਟ ਰੂਮ ਦੀ ਗੱਲ ਵੀ ਹੋਈ ਸੀ ਇਕੱਲੇ ਗੇਮਸ ਦੀ ਗੱਲ ਨਹੀਂ ਹੋਈ ਸੋ ਇਹ ਆਪਣਾ ਆਨਸਰ ਨਹੀਂ ਹੈਗਾ ਇਸ ਤਰ੍ਹਾਂ ਨਹੀਂ ਫਸਣਾ 4th ਹੈ ਨੀਦਰਲੈਂਡ ਵਾਲਾ ਇਹ ਵੀ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਅ ਨਿਊ ਪ੍ਰੋਸਪੈਕਟਿਵ ਟੀਵਰਡਸ ਸ਼ੇਅਰਿੰਗ ਦਾ ਬਿਜ਼ਨਸ ਓਪਰਚ्युनिटीज ਕਿਤੇ ਵੀ ਬਿਜ਼ਨਸ ਸ਼ੇਅਰ ਦੀ ਗੱਲ ਨਹੀਂ ਹੋਈ 6th ਹੈ ਓਪਰਚ्युनिटीज ਫਾਰ 올 ਰਾਊਂਡ ਪ੍ਰੀਵਲੈਂਟ ਐਪਲੀਕੇਸ਼ਨਸ ਹਮੇ ਖਤੇ ਓਪਰਚ्युनिटीज ਦੀ ਗੱਲ ਕੀਤੀ ਓਪਰਚ्युनिटीज ਮਤਲਬ ਕਿ ਉਹਨਾਂ ਕੋ ਨਵੇਂ ਉਹ ਚੀਜ਼ਾਂ ਨੂੰ ਕੀ ਆ ਲੈ ਸਕਦੇ ਆ ਜਿਵੇਂ ਕਿ ਇਹਦੇ ਵਿੱਚ ਦੱਸਿਆ ਕਿ ਚੈਟ ਰੂਮ ਦੇ ਥਰੂ ਜਾਂ میوزਿਕ ਸ਼ੋਜ਼ ਦੇ ਥਰੂ ਠੀਕ ਹੈ ਹੁਣ ਇੱਥੇ ਕੀ ਆ ਉਹ ਐਪਲੀਕੇਸ਼ਨਸ ਹੀ ਆਪਾਂ ਨੂੰ ਦਸੀਆਂ ਸੀਗੀਆਂ ਓਪਰਚ्युनिटीज ਫਾਰ ਆਲ ਰਾਊਂਡ ਪ੍ਰੀਵਲੈਂਟ ਐਪਲੀਕੇਸ਼ਨਸ ਥੈਟ ਊਡ ਬੀ ਯੋਰ ਕਰੈਕਟ ਆਨਸਰ ਕਿਉਂਨਾਂ ਕੋਲ ਓਪਰਚ्युनिटीज ਜਿਹੜੀਆਂ ਆ ਗਈਆਂ ਸੀਗੀਆਂ ਜਿਸ ਦਾ ਇੱਕ ਨਵਾਂ ਰੂਪ ਸੀਗਾ ਸੋ ਪਤਾ ਲੱਗਾ ਆਨਸਰ 6th ਕਿਉਂ ਆ ਸੋ ਆਈ ਹੋਪ ਕਿ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਇਹ ਦਾ ਆਨਸਰ 6th ਕਰੈਕਟ ਕਿਉਂ ਆ ਠੀਕ ਹੈ ਹੁਣ ਤੁਸੀਂ ਕੀ ਕਰਨਾ ਹੈ ਅਗਲੇ ਜਿਹੜੇ ਆਪਾਂ ਨੂੰ ਸੀ ਡੀ ਈ ਐਫ ਜਿਹੜੇ ਤੁਹਾਨੂੰ ਪੈਰਾਗ੍ਰਾਫ ਦਿੱਤੇ ਹੋਣਗੇ ਤੁਸੀਂ ਜਾ ਕੇ ਸਿੰਪਲ ਸਰਚ ਕਰੋ ਟੈਕਸਟਿੰਗ ਦਾ ਟੀਵੀ ਤੇ ਉਹ ਤੁਹਾਨੂੰ ਪੈਰਾਗ੍ਰਾਫ ਉੱਥੇ ਮਿਲ ਜਾਣਗੇ ਤੇ ਉਹਦੇ ਆਨਸਰ ਇਸ ਤਰ੍ਹਾਂ ਲੱਭ ਕੇ ਠੀਕ ਹੈ ਵਰਡਸ ਦੇ ਵਿੱਚ ਨਹੀਂ ਫਸਣਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਜੇ ਤੁਹਾਨੂੰ ਇਨਫੋਰਮੇਸ਼ਨ ਮਿਲੀ ਆ ਇਹ ਟਰਿਕ ਜ਼ਰੂਰ ਫਾਲੋ ਕਰਕੇ ਵੇਖਿਓ ਤੇ ਪੁਰਾਣੀਆਂ ਵੀਡੀਓਜ਼ ਵੀ ਜ਼ਰੂਰ ਜਾ ਕੇ ਵੇਖਿਓ ਤੁਹਾਡਾ ਐਗਜ਼ਾਮ ਬੜੇ ਵਧੀਆ ਤਰੀਕੇ ਦੇ ਨਾਲ ਕਲੀਅਰ ਹੋ ਸਕਦਾ ਤੇ ਨੈਕਸਟ ਵੀਡੀਓ ਕਿਹੜੇ ਮੋਡਿ ਮੈਨੂੰ ਦੱਸ ਦਿਓ ਜੇ ਉਸੇ ਮੋਡਿਊਲ ਦੇ ਉੱਤੇ ਮੈਂ ਨੈਕਸਟ ਵੀਡੀਓ ਲੈ ਕੇ ਆਉਂਗਾ ਸੋ ਮਿਲਦੇ ਆ ਨੈਕਸਟ ਵੀਡੀਓ ਸਤਿ ਸ੍ਰੀ ਅਕਾਲ ਜੀ